ਹੁਣ ਜਿਸ ਤਰ੍ਹਾਂ ਦੋਸੇ ਜੀਵਾਂ ਦਾ ਆਉਣ ਵਾਸਤੇ ਤੇ ਜਾਨ ਵਾਸਤੇ ਬਣੇ ਇਸੇ ਤਰ੍ਹਾਂ ਇਸ ਪਰਿਵਾਰ ਦੇ ਮੈਂਬਰ ਨੂੰ ਇੱਕ ਨੁਸਖਾ ਆ ਗਿਆ ਇਹ ਪਰਿਵਾਰ ਹੁਣ ਸਾਰਾ ਜਾਣਦਾ ਹੈ ਹਕੂਮਤ ਵਿੱਚ ਨੇ ਇਹ ਹਕੂਮਤ ਵਿੱਚ ਹੋਣ ਕਰਕੇ ਖੇਲ ਨੂੰ ਸਮਝਣ ਕਰਕੇ ਇਹ ਅੰਧਨ ਜਾਗਦੇ ਨੇ ਇਹ ਜਦੋਂ ਐਸਾ ਇਲਾਕੇ ਵਿੱਚ ਹੁੰਦੇ ਨੇ ਇੱਕ ਦੂਜੇ ਨੂੰ ਪਛਾਣਦੇ ਨੇ ਮਿਲਦੇ ਨੇ ਇੱਕ ਦੂਜੇ ਨਾਲ ਆਕਾਰ ਦੇ ਵਿੱਚ ਪਛਾਨ ਇਹ ਅੰਦਰੋਂ ਜਾਗਦੇ ਨੇ ਇਹ ਅੰਧਨ ਜਾਗਦੇ ਨੇ ਜਦੋਂ ਇਹ ਸੌਣ ਲੱਗਦੇ ਨੇ ਇਹ ਇੱਕ ਦੂਜੇ ਨੂੰ ਕਹਿੰਦੇ ਨੇ ਵੀ ਠੀਕ ਆਪਾਂ ਕਿੱਥੇ ਮਿਲਾਂਗੇ ਸੁਣ ਮੰਡਲ ਵਿੱਚ ਆਪਦੇ ਘਰੋਂ ਆ ਕੇ ਸਾਰਾ ਪੁਰਾ ਸੁਣ ਮੰਡਲ ਜੀ ਮਿਲਦਾ ਹੈ ਇਸ ਪਰਿਵਾਰ ਨੂੰ ਗੁਰਬਾਣੀ ਵਿੱਚ ਜਿਹੜਾ ਇੱਥੇ ਮਿਲਦਾ ਹੈ ਆਪਦੇ ਸੁਣ ਮੰਡਲ ਘਰ ਵੀ ਮਿਲਦਾ ਹੈ ਉਹਨੂੰ ਪਰਿਵਾਰ ਪਰੀਆਂ ਦਾ ਨਾਮ ਦਿੱਤਾ ਹੈ ਉਹਨੂੰ ਸੱਜਣ ਕਹਿੰਦਾ ਹੈ ਉਸ ਨੂੰ ਪਰਮ ਹੰਸ ਕਹ ਦਿੰਦਾ ਹੈ ਇਹ ਸਾਰਾ ਪਰਿਵਾਰ ਜਿਹੜਾ ਮਾਨਸ ਰੂਹਰ ਤੇ ਜਾ ਕੇ ਫਿਰ ਇਕੱਠਾ ਹੋ ਜਾਂਦਾ ਐ ਐਸੇ ਵਸਤਵ ਵਿੱਚ ਇਹ ਇਹਨਾਂ ਦਾ ਜੀਵਨ ਇਹ ਹੋ ਜਾਂਦਾ ਹੈ ਇਹਨਾਂ ਨੂੰ ਸਮਝਾਇਆ ਗਿਆ ਕਿ ਇਹ ਜਿਹੜਾ ਤਨ ਹੈ ਇਹ ਤਨ ਦੇ ਵਾਸਤੇ ਇਹ ਤਨ ਦਾ ਤਨ ਉਹਨਾਂ ਚ ਇਹ ਇਸਤੇਮਾਲ ਕਰੇਗਾ ਤਨ ਜਿਨ੍ਹਾਂ ਚ ਸਵਾਸ ਆ ਰਹੇ ਨੇ ਜਦੋਂ ਸਵਾਸ ਚਲੇ ਗਏ ਇਹ ਜਿਹੜਾ ਤਨ ਇਸ ਤਨ ਦਾ ਇਸਤੇਮਾਲ ਨਹੀਂ ਕਰੇਗਾ ਉਹਦੇ ਸਾਸ ਗਏ ਕਾਇ ਟਲ ਪਾਏ ਤਾਂ ਕਿ ਪਾਸ਼ੇ ਕ੍ਰਿਸ਼ਨਾ ਖਾਏ ਇਹ ਤਨ ਜਦੋਂ ਸਵਾਸ ਚਲਾ ਗਿਆ ਕੀ ਬਸਾ ਹੋ ਜਾਗੇ ਇਹ ਤਨ ਵੀ ਇੱਥੇ ਰਹਿ ਜਾਗਾ ਝੂਠਾ ਹੈ ਇਹ ਮਾਇਆ ਵੀ ਝੂਠੀ ਇਹ ਵੀ ਇੱਥੇ ਰਹਿ ਜਾਗੀ ਜਿਹਨੂੰ ਮਹਾਰਾਜ ਗੁਰਬਾਣੀ ਦੱਸੇ ਨੇ ਮਾਇਆ ਝੂਠੀ ਰਾਸ ਹੈ ਇੱਕ ਜਸੇ ਮੇ ਪਾਜ ਲੈ ਜਾਏ ਅਥੋਂ ਛੁਟ ਕੇ ਤਾਂ ਸ਼ਾ ਹੋਵੇ ਬਦਨ ਜਾਏ ਕਮਲਾਏ ਐਸ ਤਰੀਕੇ ਨਾਲ ਵੀ ਇਹ ਇੱਥੋਂ ਤੱਕ ਸਿਮਤ ਹੈ ਇਹ ਵੀ ਤਨ ਜ਼ਰੂਰੀ ਇਸ ਸੰਦੇ ਜਾਣ ਕਰਦੇ ਹਾਂ ਤੇ ਜਿਹੜਾ ਨਾਮ ਤਨ ਹੈ ਉਹ ਮਨ ਦੇ ਖਿਰਾ ਕੇ ਉਸ 사ਧਗੁਰ ਨੂੰ ਮਿਲ ਕੇ ਮਿਲਣਾ ਉਹਦੇ 사ਧਗੁਰ ਸੋਧਨ ਸੰਪੇ ਜੋ ਜੀ ਮੇਰੇ ਹੱਥ ਸਮਾਏ ਉਹਦੇ ਜਿੱਥੇ ਮਨ ਜਾਏਗਾ ਉਸੇ ਤਰ੍ਹਾਂ ਨਾਲ ਜਾਏਗਾ ਇਸ ਕਰਕੇ ਮਨ ਵਾਸਤੇ ਖਜ਼ਾਨਾ ਹੈ ਨਾਮ ਦਾ ਇਹ ਦੋ ਤੁਹਾਡੇ ਸਾਹਮਣੇ ਧੰਨ ਨੇ ਵੀ ਤੁਹਾਡੀ ਇੱਛਾ ਹੈ ਕਿਸ ਨਾਲ ਪਿਆਰ ਕਰਨਾ ਚਾਹੁੰਦੇ ਹੂੰ ਇਹ ਧੰਨ ਤੱਕ ਧੰਨ ਇਹ ਮਨ ਦਾ ਜਿੱਥੇ ਮਨ ਜਾਏਗਾ ਨਾਲ ਜਾਏਗਾ ਤੇ ਨਾਲ ਸਮਝਾਤਾ ਹੈ ਐਸੇ ਧੰਨ ਨਾਲ ਪਿਆਰ ਨਾ ਕਰਿਆ ਜਾਏ ਸੱਜਣ ਨਾਲ ਮਿੱਤਰ ਨਾਲ ਸਮਝਾ ਜਾਏ ਜਿਸ ਤਨ ਹੁੰਦਿਆਂ ਸਿਰ ਵਿੱਚ ਝੋਟਾ ਪੈਂ। ਉਹਦੇ ਸੋਤ ਅਨੁਮਿੱਤਰ ਨਾ ਘੱਟ ਗਏ ਜਿਸ ਸਿਰ ਝੋਟਾ ਖਾਏ। ਇਹਨਾਂ ਨੂੰ ਇਹ ਸਾਰਾ ਕੁਝ ਸਮਝਾਉਣ ਤੋਂ ਬਾਅਦ ਇਹ ਆਪਦਾ ਜੀਵਨ ਬੜੇ ਸੁਖੀ ਇਸ ਤਰੀਕੇ ਨਾਲ ਵਿਚਰਦੇ ਨੇ ਜਿਵੇਂ ਸੰਸਾਰ ਦੇ ਵਿੱਚ ਇੱਕ ਪਰੌਣ ਆ ਜਾਂਦੇ ਇਚਾਰ ਦਿਨ ਇਕੱਠੇ ਹੁੰਦੇ ਨੇ ਫਿਰ ਵਾਪਸ ਚਲੇ ਜਾਂਦੇ ਨੇ। ਇਹ ਖੁਸ਼ੀ ਖੁਸ਼ੀ ਇੱਕ ਪਰਿਵਾਰ ਆਪਣਾ ਪਰੌਣਚਾਰੀ ਸਮਝਦਾ ਹੋਇਆ ਇਕੱਠਿਆਂ ਹੋਇਆ ਹਾਸਾ ਖੇਡਦਾ ਆਪਦਾ ਜੀਵਨ ਬਸਰ ਕਰਦੇ। ਇਹ ਪਰਿਵਾਰ ਇੱਕ ਆਪਣੇ ਆਪ ਨੂੰ ਖਿਡਾਰੀ ਸਮਝਦਾ ਹੈ ਟੀਮ ਦੇ ਰੂਪ ਵਿੱਚ ਬਿੱਤਰਦਾ ਹੈ ਕਿ ਅਸੀਂ ਖੇਲ ਜਿੱਤਣਾ ਹੈ ਤੇ ਇਹ ਖੇਲ ਨੂੰ ਜਿੱਤਣ ਵਾਸਤੇ ਕੀ ਇਹਨਾਂ ਨੂੰ ਸਮਝਾਇਆ ਗਿਆ ਕਿਵੇਂ ਕਰਦੇ ਨੇ ਸਿਮਨ ਉਹਨਾਂ ਹੋਏ ਅਕਤਰ ਮਿਲੋ ਮੇਰ ਪਾਈ ਦੁਬਦਾ ਦੂਰ ਕਰੋ ਲੇਵ ਲਾਏ ਹਰ ਨਾਮੇ ਕੇ ਹੋ ਉਹ ਜੋੜੀ ਗੁਰਮੁਖ ਬੈਸੋ ਸਭ ਅਵਸ਼ਾਏ ਇਹਨੂੰ ਬਿੱਦ ਪਾਸਾ ਢਾਲੋ ਬੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਨਾ ਲੱਗੇ ਫੇਰ ਇਹਨਾਂ ਨੂੰ ਸਾਰਾ ਸਮਝਾਉਣ ਤੋਂ ਬਾਅਦ ਅੰਦਰ ਇੱਥੇ ਤੁਹਾਡਾ ਕਰਮ ਦੇ ਨਾਲ ਚੌਪੜ ਪਈ ਨਹੀਂ ਖੇਲ ਇੱਥੇ ਸ਼ੁਰੂ ਹੋਣਾ ਕਰਮ ਤੇ ਜੇ ਤੁਸੀਂ ਕਰਮ ਦੇ ਨਾਲ ਆਪਦਾ ਧਰਮ ਵੀ ਕਾਇਮ ਰੱਖੋਗੇ ਸੱਚ ਨੂੰ ਨਾ ਭੁੱਲੋਗੇ ਤੇ ਤੁਸੀਂ ਖੇਲ ਜਿੱਤ ਜਾਓਗੇ ਇਸ ਕਰਕੇ ਇਹ ਆਪ ਨੂੰ ਸਮਝਾ ਰਹੇ ਨੇ ਕਿ ਧਰਮ ਨੂੰ ਕਾਇਮ ਕਰਨ ਵਾਸਤੇ ਸੱਚ ਨੂੰ ਕਾਇਮ ਕਰਨ ਵਾਸਤੇ ਉਸਨੂੰ ਬਲਾਵ ਕਰਨ ਵਾਸਤੇ ਕੀ ਕਰਨਾ ਹੈ ਉਹਦੇ ਬਾਣੀ ਬ੍ਰਹਮ ਵੇਦ ਧਰਮ ਦੇ ਹਿੜੋ ਪਾਉਤ ਜਾਇਆ ਬਲਰਾਮ ਜੀਓ ਧਰਮ ਦੇਸ਼ੋ ਵਰ ਨਾਮ ਤੇ ਆਵੋ ਸਿਮਰਤ ਨਾਮ ਦਰ ਲਾਇਆ ਉਹਦੇ ਨੇ ਇਸ ਤਰੀਕੇ ਨਾਲ ਜੇ ਤੁਸੀਂ ਸਿਮਰਨ ਕਰੋਗੇ ਸੱਚ ਨੂੰ ਮਿਲ ਲੋਗੇ ਇਹ ਕਿਵੇਂ ਸਿਮਰਨ ਕੀਤਾ ਜਾਏ ਉਹਦੇ ਨੇ ਸਤਿਗੁਰ ਗੁਰਪੂਰਾ ਰਾਦੋ ਸਭ ਕੇ ਲਈ ਭਾਗੋ ਆਇਆ ਸਹਿਜ ਆਨੰਦ ਹੋਵੜ ਭਾਗੇ ਮਨ ਹਰ ਹਰ ਮਿੱਠਾ ਲਾਇਆ ਇਸ ਤਰੀਕੇ ਨਾਲ ਜੇ ਤੁਸੀਂ ਖੇਡ ਖੇਡੋਗੇ ਇਹਨਾਂ ਨੂੰ ਜਿੱਤ ਜਾਓਗੇ ਤੇ ਮਹਾਰਾਜ ਆਂਦੇ ਨੇ ਕਰਮ ਧਰਮ ਤੁਮ ਚੌਪੜ ਸਾਜੋ ਸਾਜ ਕਰੋ ਤੁਮ ਸਾਰੇ ਕਾਮ ਕ੍ਰੋਧ ਲੋਭੋ ਜਿੱਤੋ ਐਸੇ ਖੇਲ ਹਰ ਪਿਆਰੇ ਇਹ ਪਰਿਵਾਰ ਨੂੰ ਸਮਝਾਇਆ ਗਿਆ ਜੀ ਇਸ ਤਰ੍ਹਾਂ ਖੇਡੋਗੇ ਹਰ ਹਾਲਤ ਵਿੱਚ ਤੁਸੀਂ ਖੇਲ ਜਿੱਤ ਕੇ ਆਉਜੇ ਤੇ ਅੰਧ ਨੇ ਜਿਹੜੇ ਗੁਰਮਖੇਸਾਂ ਖੇਲ ਖੇਲਦੇ ਨੇ ਉਹ ਜਿੱਤ ਕੇ ਵਾਪਸ ਜਾਂਦੇ ਨੇ ਜਿਨੂੰ ਮਾਰੇ ਗੁਰਬਾਣੀ ਦੱਸਦੇ ਨੇ ਆਪਾਂ ਨੂੰ ਜਨ ਨਾਨਕ ਗੁਰਮਖ ਜੋ ਨਰ ਖੇਲੇ ਜਨ ਬਾਜੀ ਕਰ ਆਇਆ ਇਹ ਜਿਹੜੇ ਨੇ ਆਪ ਦਾ ਖੇਲ ਹੁਣ ਜਿੱਤੇ ਹੋਏ ਨੇ ਇਹਨਾਂ ਨੂੰ ਪਤਾ ਹੈ ਕਿ ਮਰਨ ਵਾਲੀ ਕੋਈ ਚੀਜ਼ ਨਹੀਂ ਸਰੀਰ ਵਿੱਚ ਮਰਨ ਵਾਲੇ ਕੋਈ ਨਹੀਂ ਚੀਜ਼ ਨੇ ਉਸ ਦਾ ਆਪਣਾ ਖੇਲ ਹੈ ਇਸ ਕਰਕੇ ਸਮਝਾ ਰਹੇ ਨੇ ਆਪਾਂ ਗੁਰਬਾਣੀ ਦੁਆਰਾ ਮਾਟੀ ਮਾਟੀ ਹੋਈ ਇੱਕ ਅਰੋਹਨ ਹਾਰੇ ਕੀ ਕਾਉਂਟੇ ਕੌਣ ਮੁਵਾਰੇ ਕੌਣ ਮੁਵਾਰ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਉਦੋਂ ਚਲਤ ਪਿਆ ਕਿੱਥੇ ਚਲਾ ਗਿਆ ਇਹਨਾਂ ਨੂੰ ਵਿਚਾਰ ਦੱਸਿਓ ਇਹ ਰੋਜ਼ ਦਰਗਾਹ ਵਿੱਚ ਮਿਲਦੇ ਨੇ ਇੱਥੇ ਵੀ ਖੇਡਦੇ ਨੇ ਇਸ ਤਰੀਕੇ ਦੇ ਨਾਲ ਇਹ ਖੇਲ ਜੇ ਚੁੱਕੇ ਨੇ ਹੁਣ ਇਹਨਾਂ ਵਿੱਚੋਂ ਇੱਕ ਸੱਦਾ ਆ ਗਿਆ ਇਹ ਜਾਣਦੇ ਨੇ ਕਿ ਸਾਨੂੰ ਤਿਆਰੀ ਦਾ ਹੁਕਮ ਹੈ ਸਭ ਤੇਜ਼ ਹੋ ਗਏ ਦੂਜੇ ਪਰਵਾਰ ਨਸਣ ਲਗਾ ਕਿ ਮੈਨੂੰ ਤਿਆਰੀ ਦਾ ਹੁਕਮ ਹੈ ਜਦੋਂ ਮੇਰੇ ਜਾਣ ਤੋਂ ਬਾਅਦ ਤੁਹਾਨੂੰ ਸੰਗੀ ਸਾਥੇ ਪੁੱਛਣ ਕਿ ਕਿੱਥੇ ਗਿਆ ਹੈ ਤੁਸੀਂ ਦੱਸਣਾ ਹੈ ਦੇਖਦੇ ਰਹਿਣਾ ਜੋ ਮੈਂ ਦੇ ਛੱਡੀ ਕਿਹੜੇ ਰਸਤੇ ਜਾਣਾ ਐਸੀ ਬਸਤਾ ਵਿੱਚ ਜਦੋਂ ਇਹਨਾਂ ਸੱਦਾ ਮਾਲਕ ਬੋਲਿਆ ਜਾਂ ਮਾਏ ਨੇ ਉਹਨਾਂ ਗੰਡ ਖੋਲੇ ਪਰਵਾਨਾ ਦਿਖਾ ਕੇ ਦੂਰ ਭੱਜ ਗਏ ਉਹਨਾਂ ਦੇ ਖੋਲੇ ਗੰਠ ਉੱਠੋ ਲਿਖਿਆ ਰਹੇ ਦੂਰ ਭੱਜ ਗਏ ਜੋ ਭੱਜ ਗਏ ਇਹ ਗੁਰਮਖਾਨੋਂ ਕਿਹੜੇ ਰਸਤੇ ਜਾ ਰਿਹਾ ਹੈ ਜਿਹੜੇ ਰਸਤੇ ਆਤਮਾ ਜਨਮ ਲੈਣ ਵਾਸਤੇ ਆ ਰਹੇ ਨੇ ਇਹ ਦੂਰ ਵੱਜਦਾ ਜਾ ਰਿਹਾ ਉਹਦੇ ਸਮਾਇ ਇਹ ਰਸਤਾ ਖਾਲੀ ਕੀਤਾ ਜਾ ਰਹੇ ਨੇ ਕਿ ਬ੍ਰਹਮ ਦਾ ਸੰਗੀ ਆ ਰਿਹਾ ਹੈ ਇਸ ਕਰਕੇ ਕੋਈ ਰਸਤੇ ਰਿਕਾਪਟ ਨਹੀਂ ਇਹਨਾਂ ਦੇ ਵਿੱਚ ਤੇ ਕੀ ਮਹਾਰਾਜ ਗੁਰਬਾਣੀ ਚਾਹੁੰਦੇ ਨੇ ਸਾਥ ਲੜੇ ਤੇ ਨਾਟੀਆਂ ਭੇਡ ਕਾ ਨਹੀਂ ਦਰਿਹਾਓ ਇੱਥੇ ਜਿੱਥੇ ਇਹ ਖੜਾ ਹੈ ਇੱਥੇ ਬਹੁਤ ਸਾਰੇ ਜੀਵ ਕੋਈ ਆ ਰਹੇ ਨੇ ਕੋਈ ਜਾ ਰਹੇ ਨੇ ਪੰਡਾ ਸਿਰ ਤੇ ਚੁੱਕਿਆ ਸਮਾਨ ਇਕੱਠਾ ਕੀਤਾ ਹੋਇਆ ਇਹ ਹੁਣ ਇੱਥੇ ਖੜਾ ਹੈ ਤਿਆਰੀ ਜਾਂਦੀ ਫੈਸਲਾ ਹੋ ਗਿਆ ਚੱਲ ਰਿਹਾ ਦੇ ਛੜ ਦਿੱਤੀ ਉਹਦੇ ਜੇ ਆਉਟੇ ਬਹੁਤ ਕੰਨ ਸਾਥ ਪਾਰ ਬ੍ਰੰਭ ਕੇ ਸੰਗੀ ਸਾਥ ਚਿੱਤਰ ਗੁਰ ਸਭ ਲਿਖਤੇ ਲੇਖਾ ਭਗਤ ਜਿਨ੍ਹਾਂ ਦੇਸ਼ਨਾ ਪੇਖਾ ਕੋ ਨਾਨਕ ਜਿਸ ਸਤਗੁਰੂ ਰਾ ਵਾਜੇ ਤਾਂ ਕਿ ਅਨਹਤੂਰਾ ਵਾਜੇ ਵਜਦੇ ਜਾ ਰਹੇ ਨੇ ਇਹ ਸਫ਼ਰ ਕਰਦਾ ਜਾ ਰਹੇ ਔਰ ਐਸ ਰਸਤੇ ਤੇ ਦੇਖਦਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਕਰਲਾਕ ਪੈ ਰਹੀਏ ਕਿਸ ਤਰ੍ਹਾਂ ਕੁੱਟਿਆ ਜਾ ਰਿਹਾ ਕਿਸ ਅਗਨੋਂ ਸਾੜੇ ਜਾ ਰਹੇ ਨੇ ਕਿਸ ਉਬਲਦੇ ਪਾਣੀ ਵਿੱਚ ਬਾਲੇ ਜਾ ਰਹੇ ਨੇ ਇਹ ਦੇਖਦਾ ਜਾ ਰਿਹਾ ਐਸੀ ਅਵਸਥਾ ਵਿੱਚ ਧਰਮਰਾਜ ਨੇ ਦੇਖਿਆ ਕਿਉਂਕਿ ਉਹ ਅੱਗੇ ਜੋਦੜੀਆਂ ਕਰਦਾ ਪਿਆ ਧਰਮਰਾਜ ਕਿ ਮੈਂ ਬਹੁਤ ਸਾਰੇ ਐਸੇ ਜੀਵਨ ਹੋਂ ਜਿਨ੍ਹਾਂ ਦਾ ਦੁਆਇ ਤੇ ਈਰਖਾ ਨਫਰਤ ਤੇ ਨਿੰਦਾ ਤੇ ਹਉਮੈ ਹੈ ਉਹਨਾਂ ਨੂੰ ਸਜਾਵਾਂ ਦੇ ਦੇ ਕਿ ਆਪਣੇ ਆਪ ਨੂੰ ਪਾਪੀ ਸਮਝਣ ਲੱਗ ਗਏ ਐਸਾ ਕੋਈ ਗੁਰਮਖਸਾ ਦੋ ਜਿੰਦੇ ਦਰਸ਼ਨ ਕਰਕੇ ਮੇਰੇ ਪਾਪ ਖੰਡਨ ਹੋ ਜਾਣ ਇਧਰੋਂ ਗੁਰਮਖਨ ਸੱਦ ਲਿਆ ਧਰਮਰਾਇ ਨੇ ਬੜਾ ਸਤਿਕਾਰ ਦਿੱਤਾ ਹੈ ਇਥੇ ਮਹਾਰਾਜ ਗੁਰਬਾਣੀ ਵਿੱਚ ਦੱਸਿਆ ਵੀ ਜਿਹੜਾ ਵੀ ਪ੍ਰਮਾਤਮਾ ਨੂੰ ਮਿਲ ਚੁੱਕਾ ਹੈ ਉਹ ਇਥੇ ਸਾਰਿਆਂ ਨੂੰ ਮਿਲ ਚੁੱਕਾ ਹੈ ਧਰਮਰਾਇ ਨੂੰ ਤੇ ਕਾਲ ਵੀ ਉਹਦੇ ਦਾਲਤਾਂ ਜਿਹੜੀਆਂ ਲੱਗਦੀਆਂ ਉਹਦੇ ਮਤਾਇ ਤੇ ਮਹਾਰਾਜ ਇਥੇ ਹੁਣ ਦੱਸ ਰਹੇ ਨੇ ਜੋ ਮਿਲਿਆ ਖਾ ਦੀਵਾਨ ਸਿਓ ਸੋ ਸਭਨੇ ਦੀਵਾਨੀ ਮਿਲਿਆ ਜਿੱਥੇ ਉਹ ਜਾਏ ਤੇਥੇ ਉਹ ਸੁਰਖਰੂ ਉਸਕੇ ਮੂੰਢ ਡਿੱਠੇ ਸਭ ਪਾਪੇ ਤਰੇ ਉਸ ਅੰਤਰਨਾਮ ਨਿਦਾਨ ਹੈ ਨਾਮੋ ਪਰਵਰੇ ਬੜਾ ਖੁਸ਼ ਹੋਇਆ ਗੁਰਮੁਖ ਖੰਡ ਨੇ ਮਹਿਨਤ ਕੀਤੇ ਲੋ ਜੀ ਆਪਦਾ ਹਿਸਾਬ ਕਿਤਾਬ ਲੈ ਲਓ ਔਖ ਲਗੇ ਤੁਹਾਡਾ ਹਿਸਾਬ ਤਾਂ ਅੱਗੇ ਵਧੂਏ ਭਰਿਆ ਹੋਇਆ ਖਜ਼ਾਨਾ ਤੁਹਾਡਾ ਤਾਂ ਉਹਦੇ ਗੁਰਮੁਖ ਪਾਸੋਂ ਲੇਖਨ ਨਿਭੜੇ ਸਿਫਤ ਪਰੇ ਪੰਡਾਰ ਇਸ ਤਰ੍ਹਾਂ ਗੁਰਮੁਖ ਜਾ ਰਿਹਾ ਹੈ ਦਸਵੇਂ ਦਵਾਰ ਨੂੰ ਖੋਲ ਕੇ ਨਿਜ ਮਹਿਲ ਦਾ ਦਰਵਾਜ਼ਾ ਖੋਲ ਕੇ ਮਾਲਕ ਇੰਤਜ਼ਾਰ ਕਰ ਰਿਹਾ ਕਿ ਮੇਰਾ ਬੱਚਾ ਵਾਪਸ ਆ ਰਿਹਾ ਹੈ ਜਿਉਂ ਹੀ ਨਜ ਮਹਿਲ ਵੇ ਗਿਆ ਮਾਲਕ ਨੇ ਆਪਦੇ ਹੱਕ ਨਾ ਲਾ ਲਿਆ ਪਿਆਰ ਕਰਨ ਲੱਗੇ ਤੇ ਵਿਰਾਗ ਆ ਗਿਆ ਇਸ ਨੂੰ ਮਾਲਕ ਪੁੱਛਣ ਲੱਗਾ ਕਿਉਂ ਵਿਰਾਗ ਕਿਉਂ ਆ ਰਿਹਾ ਹੈ ਰਸਤੇ ਕੋਈ ਤਕਲੀਫ ਤਾਂ ਨਹੀਂ ਆਂਦੇ ਨਹੀਂ ਤੇ ਵਿਰਾਗ ਫਿਰ ਕਿਉਂ ਆਂਦੇ ਇਸ ਘਰ ਕੇ ਵਿਰਾਗ ਆ ਕਿ ਰਸਤੇ ਵਿੱਚ ਮੈਂ ਮਨਮੁੱਖਾਂ ਨੂੰ ਬਾਣ ਵਿੱਚ ਉਬਲ ਦਿਆਂ ਅਗਵੇ ਛੜ ਦਿਆਂ ਕੁੱਟ ਪੈਂਦਿਆਂ ਦੇਖਿਆ ਅਗਰ ਜੇ ਤੁਸੀਂ ਨਾਮ ਮੇਰਾ ਇਹ ਪਿਆਰ ਦੀ ਵਸਤ ਵਿੱਚ ਵਰਤਦੇ ਤੇ ਮੇਰੇ ਵੀ ਅੱਜ ਉਹ ਹਾਲਤ ਹੁੰਦੀ ਉਥੇ ਕੀ ਸ਼ਬਦ ਬੋਲਿਆ ਹੈ ਇਮਾਰਾਗ ਦੇ ਵਿੱਚ ਉਹਦਾ ਪ੍ਰੇਮ ਪਟੋਲਾ ਤੈਸੇ ਦਿੱਤਾ ਟਕਣ ਕੋ ਪਤ ਮੇਰੀ ਦਾਣਾ ਬੀਨਾ ਸਾਈ ਮੈਡਾ ਨਾਨਕ ਸਾਰ ਨਾ ਜਾਣਾ ਤੇਰੀ ਐਸੀ ਵਸਤ ਵਿੱਚ ਮਾਲਕ ਨੇ ਸਾਦਾ ਵਾਸਤੇ ਇਸ ਨੂੰ ਆਪ ਦੇ ਨਾਲ ਲਾ ਲੇ ਤੇ ਹੁਣ ਇਹਨਾਂ ਨਾਲ ਹੀ ਦੱਸੇ ਜਾ ਰਹੇ ਨੇ ਜਿਹੜਾ ਦੂਜਾ ਪਰਿਵਾਰ ਹੈ ਇਹ ਤਾਂ ਸਹਰ ਜੀਵਨ ਕਰਕੇ ਚਲਾ ਗਿਆ ਜਿਸ ਨੂੰ ਮਹਾਰਾਜ ਜੰਦ ਨੇ ਮਰਨ ਲਿਖਾਇਆ ਗੁਰਮੁਸਾਵਾਇਆ ਜਨ ਉਬਰੇ ਹਰ ਹਰ ਧਿਆਨ ਜਿਓ ਹਰ ਸੋ ਬਾਪਾਈ ਹਰ ਨਾਮ ਡ ਅਦਰਗੇ ਪੈੰਦੇ ਜਾਨ ਜਿਓ ਇਹ ਜਿਸ ਤਰ੍ਹਾਂ ਆਇਸੇ ਸੱਚ ਵਿੱਚੋਂ ਇੱਕ ਖੇਲ ਜਿੱਤ ਕੇ ਵਾਪਸ ਚੜਾ ਗਿਆ ਹੁਣ ਦੂਸਰੇ ਪਰਿਵਾਰਾਂ ਦੇ ਪਰੋਂ ਇਹ ਜੀਵਨ ਦੀ ਜਾਜ ਦੱਸੇ ਹੋ ਜਾਂਦੇ ਨੇ ਦੇਖੋ ਪੇ ਜਿਹੜਾ ਜੀਵ ਇਹ ਦਿਨ ਤੇ ਰਾਤ ਦਾ ਖੇਲ ਚੱਲ ਰਿਹਾ ਆਪਣਾ ਇਸ ਨੂੰ ਗੁਰਬਾਣੀ ਵਿੱਚ ਇਹਨਾਂ ਨੂੰ ਸਮਝਾਉਂਦੇ ਹਾਂ ਦੱਸ ਰਹੇ ਨੇ ਕਿ ਇੱਕ ਰਾਸ ਮੰਡਲ ਨੇ ਜਿਵੇਂ ਆਪਾਂ ਡਰਾਮੇ ਦੇ ਸਟੇਜ ਦੇਖਦੇ ਆਂ ਉਹਦੇ ਨੇ ਦਿਨ ਦੇ ਟਾਈਮ ਤੇ ਜਦੋਂ ਆਪਾਂ ਆਉਂਦੇ ਹਾਂ ਇਹ ਜਿਹੜਾ ਸਾਡਾ ਸਰੀਰ ਇੱਕ ਕਪੜਾ ਹੈ ਇਹ علیحدہ علیحدہ ਜਿਵੇਂ ਸਮਾਨ ਹੁੰਦਾ ਇਕੱਠਾ ਕੀਤਾ ਸਟੇਜ ਤੇ ਰੱਖਿਆ ਹੁੰਦਾ ਤੇ ਜਦੋਂ ਉਹਨਾਂ ਨੇ ਆ ਕੇ ਡਰਾਮਾ ਪਾਰਟੀ ਨੇ ਨਾਟਕ ਖੇਡਣਾ ਆਉਂਦਾ ਉਹ ਆ ਕੇ ਪਹਿਨ ਲੈਂਦੇ ਨੇ ਇਸੇ ਤਰ੍ਹਾਂ ਜੋ ਸਾਡਾ ਦਿਨ ਦਾ ਟਾਈਮ ਹੈ ਉਹ ਆਪਨਾ ਕਪੜਾ ਪਹਿਨਦੇ ਆ ਇੱਕ ਔਰਤ ਦਾ ਪਹਿਨ ਲੈਂਦਾ ਇੱਕ ਮਰਦ ਦਾ ਪਹਿਨ ਲੈਂਦਾ ਤੇ ਖੇਲ ਸ਼ੁਰੂ ਕਰ ਦਿੰਦੇ ਨੇ ਇਸ ਤੋਂ ਪਹਿਲਾਂ ਸਾਨੂੰ ਜਦੋਂ ਅਸੀਂ ਸੌਂਦੇ ਹਾਂ ਉਸ ਅਵਸਥਾ ਵਿੱਚ ਜਦੋਂ ਅਸੀਂ ਆਪਦੇ ਘਰ ਜਾਂਦੇ ਹਾਂ ਉਹਨੂੰ ਸੁਨ ਕਹਿੰਦੇ ਨੇ ਰਾਤ ਦਿਨ ਇਹਨਾਂ ਦਿਨ ਤੇ ਰਾਤ ਦਾ ਖੇਲ ਸਮਝਾ ਰਹੇ ਨੇ ਕਿ ਜਦੋਂ ਤੁਸੀਂ ਇਹ ਦੇਸ਼ ਛੱਡ ਕੇ ਆਪਦੇ ਘਰ ਜਾਂਦੇ ਹੋ ਉਹ ਸੌਂਨੇ ਉਥੇ ਤੁਹਾਡਾ ਆਗਮ ਹੈ ਉਥੇ ਸਾਰੇ ਪਰਿਵਾਰ ਨੂੰ ਇਕੱਠਾ ਕੀਤਾ ਜਾਂਦਾ ਹੈ ਉਥੇ ਜਿਹੜਾ ਇਹ ਆਪਣਾ ਸਰੀਰ ਨਿਸ਼ਮਾਨੇ ਜਾਂਦਾ ਉਥੇ ਸਾਰਿਆਂ ਦੇ ਸੁਖ ਮਹਾਰ ਜਾਂਦੇ ਨੇ ਉਥੇ ਫਿਰ ਇਸੇ ਤਰ੍ਹਾਂ ਮਾਲਕ ਜਿਹੜਾ ਆਪਣਾ ਪਿਤਾ ਹੈ ਸਾਰਾ ਪਰਿਵਾਰ ਨੂੰ ਇਕੱਠਾ ਕਰ ਲੈਂਦਾ ਉਥੇ ਫਿਰ ਇਹ ਆਪਦੇਸ਼ ਦਿੰਦਾ ਕਿਵੇਂ ਸਿੱਖਣ ਜਿਹਨੂੰ ਉਹਨਾਂ ਨੇ ਅਗੰਮ ਆਗਾਸ ਰੋਜਨ ਕਥਾ ਪਰਬ੍ਰਮ ਕੇ ਅਚਰ ਸਭਾ ਅਗੰਮ ਆਗਾਸ ਰੋਜਨ ਕਥਾ ਪੜ੍ਹ ਕੇ ਔਰ ਔਰ ਬਿਦਬੁਜੀ ਇਹ ਬਕਣ ਕਹਿਣ ਤੇ ਰਹਿਤਾ ਉਥੋਂ ਜਿਹੜੇ ਅਵਸਥਾ ਵਿੱਚ ਦੱਸਿਆ ਪਈ ਤੁਸੀਂ ਜਾ ਕੇ ਅੱਜ ਪਿਓ ਦਾ ਰੋਲ ਆ ਕਰਨਾ ਹੈ ਮਾਤਾ ਦਾ ਰੋਲ ਆ ਦਾ ਕਰਨਾ ਹੈ ਪੁੱਤਰ ਦਾ ਕਰਨਾ ਹੈ ਤੇ ਇਹ ਦਾ ਆ ਕਰਨਾ ਹੈ ਇਹ ਜੇ ਤਾਂ ਇਸ ਰੋਲ ਦੇਣ ਤੋਂ ਬਾਅਦ ਵੀ ਇਸ ਸਟੇਜ ਤੇ ਆ ਕੇ ਦਿਨੇ ਉਹਨਾਂ ਨੇ ਆਪਣਾ ਰੋਲ ਅਦਾ ਕਰਨੇ ਨੇ ਤੇ ਇਸ ਰੋਲ ਨੂੰ ਉਪਰ ਸੱਚ ਅਸ탄 ਤੇ ਤਖਤ ਤੇ ਬੈਠ ਕੇ ਦੇਖਦਾ ਹੈ ਜਿਹੜੇ ਤਖਤ ਤੇ ਬੈਠ ਕੇ ਦੇਖਦਾ ਉਹਦੀ ਨਿਸ਼ਾਨੀ ਦੱਸ ਰਹੇ ਨੇ ਤਾਰ ਕੋਰ ਬਜੰਤਰ ਤੇ ਸੱਚ ਤਖਤ ਸੁਲਤਾਨ ਇਹ ਫਿਰ ਰੋਲ ਦੇ ਕੇ ਇਸ ਰੋਲ ਨੂੰ ਦੇਖਦਾ ਹੈ ਇਸ ਕਰਕੇ ਇਸ ਨੂੰ ਰਾਸ ਮੰਡਲ ਦਾ ਨਾਮ ਦਿੱਤਾ ਜਿਸ ਸਮਾਰਾ ਗੁਰਬਾਣੀ ਚ ਦੱਸ ਰਹੇ ਨੇ ਰਾਸ ਮੰਡਲ ਕੀ ਉਹ ਅਖਾਰਾ ਸਗਲੋ ਸਾਜ ਰਖਿਓ ਪ੍ਰਸਾਰਾ ਬਹੁ ਬਿਧ ਰੂਪ ਰੰਗ ਅਪਾਰਾ ਫਿਖੇ ਖੁਸ਼ੇ ਪੋਗੇ ਨਿਹਾਰਾ ਸਭ ਰਸ ਲੇਤ ਬਸ ਨਰਾਰਾ ਉਹਨੇ ਇਹ ਰਾਸ ਮੰਡਲ ਦੇ ਵਿੱਚ ਜਿਹੜਾ ਜਾਗਤ ਵਸਾ ਵਿੱਚ ਜਿੰਦਾ ਮਨ ਜਾਗਿਆ ਹੋਇਆ ਅੰਧੇਨ ਜਾਗਦਾ ਜੋ ਮਾਦਾ ਪਿਤਾ ਨੇ ਉਥੋਂ ਹੁਕਮ ਦਿੱਤਾ ਹੈ ਸਟੇਜ ਤੇ ਆਇਆ ਉਸੇ ਦਾ ਕਪੜਾ ਪਹਿਨੇ ਉਸੇ ਦਾ ਰੋਲ ਅਦਾ ਕੀਤਾ ਕਪੜਾ ਧਾਰਿਆ ਵਾਪਸ ਚਲਾ ਗਿਆ ਘਰ ਸਟੇਜ ਤੋਂ ਉਤਰਿਆ ਉਹਨਾਂ ਨੇ ਇਹ ਗੁਰਮੁਖੀ ਤੇ ਜਿਹੜਾ ਰਾਤ ਦੇ ਸਮੇਂ ਗਿਆ ਹੈ ਤੇ ਜੋ ਉਥੇ ਆਦੇਸ਼ ਦਿੱਤਾ ਹੈ ਇਸ ਸਟੇਜ ਤੇ ਆ ਦਿਨ ਤੇ ਕਪੜਾ ਪਹਿਨੇ ਉਹ ਭੁੱਲ ਗਿਆ ਆਪਦੀ ਮਤਦਵਾਰਾ ਇਹ ਸਾਰਾ ਦਿਨ ਖੇਲ ਖੇਲਣ ਲੱਗਾ ਵਿਚਾਰ ਕਰਨ ਲੱਗਾ ਉਹਨਾਂ ਦਿਨ ਇਹ ਮਨਮੁਖ ਇਹ ਖੇਲ ਹਾਰ ਗਿਆ ਉਸ ਨੂੰ ਪਤਾ ਨਹੀਂ ਇਸ ਸਟੇਜ ਤੋਂ ਕਿਵੇਂ ਉਤਰਨਾ ਹੈ ਕਿਵੇਂ ਆਪਦੇ ਘਰ ਜਾਣਾ ਹੈ ਉਸ ਨੂੰ ਗਿਆਨ ਨਹੀਂ ਇਸ ਕਰਕੇ ਫਿਰ ਇਸ ਪਰਿਵਾਰ ਨੂੰ ਸਮਝਾਉਂਦੇ ਨੇ ਪੇ ਮਨਮੁਖਾਂ ਦੀ ਤਾਂ ਇਹ ਅਵਸਥਾ ਹੁੰਦੀ ਹੈ ਇਹ ਸੰਸਾਰ ਦੇ ਵਿੱਚ ਦਿਨ ਦੇ ਟਾਈਮ ਤੇ ਬੜਾ ਪਿਆਰ ਕਰਦੇ ਨੇ ਉਹਦੇ ਤੂੰ ਮੇਰਾ ਪਿਓ ਹੈ ਤੂੰ ਮੇਰਾ ਪੁੱਤਰ ਹੈ ਔਰਤੇ ਮਰਦੇ ਭੈਣ ਬੜਾ ਪਿਆਰ ਕਰਦੇ ਨੇ ਲੇਕਿਨ ਜੇ ਇਥੋਂ ਤੱਕ ਪਿਆਰ ਸੀਮ ਤੇ ਘਰ ਜਾ ਕੇ ਨਹੀਂ ਮਿਲਦੇ ਸੁੰਨ ਚ ਨਹੀਂ ਮਿਲਦੇ ਤੇ ਉਹਨਾਂ ਅੰਦਰ ਇਹ ਪਿਆਰ ਮਾਇਆ ਤੱਕ ਸੀਮ ਤੇ ਤੇ ਜੇ ਇਸਾਂ ਦਾ ਪਿਆਰ ਹੈ ਇਹ ਮਨਮੁਖਾਂ ਦਾ ਪਿਆਰ ਹੈ ਮਨਮੁਖਾਂ ਦੀ ਦੋਸਤੀ ਹੈ ਤੇ ਮਨਮੁਖਾਂ ਦੀ ਦੋਸਤੀ ਕਿੱਥੋਂ ਤੱਕ ਨਿਭਦੀ ਹੈ ਇਹ ਇਹਨਾਂ ਸਮਝਾਉਣ ਲੱਗੇ ਉਹਨਾਂ ਦੇ ਮਨਮੁੱਖਾਂ ਕੇਰੀ ਦੋਸਤੀ ਮਾਂ ਕਾ ਸਨਮੰਦ ਦੇਖਦੇ ਆਂ ਹੀ ਭਾਜਾਂ ਕਦੇ ਨਾ ਪਾਇਨ ਬੰਦ ਜਿਚਰ ਪਾਇਨ ਖਾਣੇ ਤੇਚਰ ਰੱਖਾ ਗੰਧ ਜਿਸ ਦਿਨ ਕਿਸ਼ਨ ਆਵੇ ਤੇ ਦਿਨ ਬੋਲਨ ਗੰਧ ਇਹ ਵੀ ਜੇ ਤੁਹਾਡਾ ਇਥੋਂ ਤੱਕ ਪਿਆਰ ਏ ਸਿਰਫ ਇਸ ਸਰੀਰ ਤੱਕ ਪਿਆਰ ਏ ਇਸ ਇਹ ਛਡਣ ਤੋਂ ਬਾਅਦ ਘਰ ਜਾਂਦੇ ਉਥੇ ਨਹੀਂ ਮਿਲਦੇ ਤੇ ਮਨਮੁੱਖਾਂ ਤੁਹਾਡੇ ਦੋਸਤੀ ਇਹ ਦੋਸਤੀ ਉਹਨਾਂ ਚੰਨੇ ਬਗੇ ਜਿਨ੍ਹਾਂ ਤੇ ਲੈਣ ਦੇਣ ਕਰਦੇ ਰਹੋਗੇ ਜਿੱਦਨ ਲੈਣ ਦੇਣ ਖਤਮ ਕਰ ਦੇਤਾ ਉਦਨ ਇੱਕ ਦੂਜੇ ਖਿਲਾਫ ਹੋ ਜਾਣਗੇ ਇਸ ਕਰਕੇ ਉਹਨੇ ਜੇ ਮਨਮੁਖਾਂ ਨਾਲ ਦੋਸਤਿ ਪਾਉਗੇ ਤੇ ਆਖੋ ਸੁਖ ਸਾਨੂੰ ਮਿਲੇ ਸੁਖ ਦੀ ਆਸ ਨਾ ਰੱਖੋ ਮਹਾਰਾਜ ਨੇ ਮਨਮੁਖਾਂ ਸ्यों ਕਰ ਦੋਸਤਿ ਸੋਖੇ ਪੁੱਛੇ ਮਿੱਤ ਅਗਰ ਜੇ ਤੂੰ ਸੁਖ ਲੈਣਾ ਹੈ ਤੇ ਦੋਸਤਿ ਕਿੰਦੇ ਨਾ ਕਰ ਉਹਦਾ ਗੁਰਮੁਖ ਸ्यों ਕਰ ਦੋਸਤਿ ਸਤਿਗੁਰ ਸੰਹ ਲੈ ਚਿਤ ਜਨਮ ਮਨ ਦਾ ਪਰਮ ਕਟਿ ਗਏ ਤਾਂ ਸੁਖ ਹੋ ਵੀ ਮਿੱਤ ਇਹਨਾਂ ਨੂੰ ਦੱਸਣ ਲੱਗੇ ਭੇ ਦਿਨ ਜਿਹੜਾ ਜੇ ਤੁਸੀਂ ਸਾਰਾ ਦਿਨ ਵਿਚਰਦੇ ਹੋ ਤੁਹਾਡੇ ਨਾਲ ਤਾਂ ਉਹ ਡਰਾਮਾ ਪਾਰਟੀ ਵੀ ਅੱਛੀ ਏ ਸਟੇਟ ਉਤਰ ਦੇ ਇਕੱਠੇ ਹੁੰਦੇ ਨੇ ਇੱਕ ਦੂਜੇ ਮਿਲਦੇ ਨੇ ਪਰ ਤੁਸੀਂ ਤਾਂ ਨਟਵੇ ਬਣ ਗਏ ਨਟਵਾ ਜਿਹੜਾ ਹੁੰਦਾ ਉਹ ਆਕਾਰ ਹੀ ਬਦਲਦਾ ਰਹਿੰਦਾ ਕਦੇ ਕੋਈ ਆਕਾਰ ਬਦਲ ਕੇ ਆ ਗਿਆ ਕਦੇ ਕੋਈ ਆ ਗਿਆ ਲੋਕਾਂ ਨੂੰ ਖੁਸ਼ ਕਰਨ ਵਾਸਤੇ ਤੇ ਨਟਵੇ ਦੇ ਪਰਮਾਰਾਇ ਜਾਂਦੇ ਨੇ ਨਟਵਾ ਪੇਖ ਕਰੇ ਬਹੁਤ ਦਖਲਾਵੇ ਜੈਸਾ ਉਹ ਤੈਸਾ ਹੀ ਰਹੇ ਹੁੰਦੇ ਅਨੇਕ ਜੁਨੀ ਪਰੰਪਰਾ ਮਾਇ ਸੁਖੇ ਨਹੀਂ ਪਰਵੇਸ਼ਾਰੇ ਜੇ ਇਹ ਵਸਤਾ ਹੈ ਫਿਰ ਤੁਸੀਂ ਸੁਖ ਨਹੀਂ ਲੈ ਸਕਦੇ ਇਹ ਜੂਨ ਖਤਮ ਹੋਏ ਅਗਲੀ ਜੂਨ ਵਿੱਚ ਚਲੇ ਜਾਓਗੇ ਉਹ ਜੂਨ ਖਤਮ ਹੋਏ ਅਗਲੀ ਜੂਨ ਵਿੱਚ ਚਲੇ ਜਾਓਗੇ ਇਹ ਨਟਵਾ ਦਾ ਰੋਲ ਨਾ ਅਦਾ ਕਰੋ ਤੁਸੀਂ ਗੁਰਮੁਖ ਬਣੋ ਆਪ ਦੇ ਘਰ ਆਣਾ ਜਾਣਾ ਬਣਾਓ ਐਸੇ ਵਸਤਾ ਵਿੱਚ ਇਹਨਾਂ ਨੂੰ ਸਮਝਾਉਣ ਲੱਗੇ ਕਿ ਤੁਹਾਨੂੰ ਤੁਸੀਂ ਘਰ ਲੈ ਕੇ ਜਾਂ ਲੈ ਕੇ ਜਾਂਦੇ ਹੋ ਸਵਾਸਾਂ ਦਾ ਤਾਂ ਤੇ ਖਰਚ ਦੇ ਉਹ ਦੂਜੇ ਕਰ ਜਾ ਕੇ ਤੇ ਵਾਪਸ ਮੋੜ ਆਉਂਦੇ ਹੋ ਏ ਜਿਹੜਾ ਤੁਸੀਂ ਸਾਰਾ ਦਿਨ ਵੰਗਾਰ ਕਰਦੇ ਹੋ ਐਨਾ ਕੀਮਤੀ ਤੁਹਾਨੂੰ ਦਿੱਤਾ ਜਾਂਦਾ ਹੈ ਜਿਹੜਾ ਜਿਸ ਦੇਸ਼ ਵਿੱਚ ਜਾਂਦੇ ਹੋ ਆ ਦੂਸਰਾ ਦੇਸ਼ ਕਹਿੰਦੇ ਨੇ ਜਿੱਥੇ ਆਪ ਆਕਾਰ ਵਿੱਚ ਆਉਨੇ ਮਾਇਆ ਦਾ ਦੇਸ਼ ਕਾਲ ਦਾ ਦੇਸ਼ ਉਨੇ ਤੁਹਾਨੂੰ ਤੁਸੀਂ ਲਗਾ ਐਨਾ ਕੀਮਤੀ ਜਿਸ ਦੇਸ਼ ਵਿੱਚ ਗਏ ਇੱਕ ਸ્વાસ ਵੀ ਉਸ ਦੇਸ਼ ਦੇ ਦੌਲਤ ਦਿੱਤੀ ਜਾਏ ਨਹੀਂ ਮਿਲਦਾ ਜਿਵੇਂ ਤੁਸੀਂ ਮੰਗ ਸਾਰੇ ਸੰਸਾਰ ਦੀ ਦੌਲਤ ਦਿੱਤੀ ਜਾਏ ਆਖੇ ਇੱਕ ਸ્વાસ ਦੇ ਦਿਓ ਨਹੀਂ ਮਿਲਦਾ ਐਨੀ ਕੀਮਤ ਅਮੁੱਲ ਵਸਤੂ ਤੁਸੀਂ ਲੈ ਕੇ ਜਾਂਦੇ ਹੋ ਇੰਦਾ ਲਾਹ ਨਹੀਂ ਖੜਦੇ ਦੂਜੇ ਘਰ ਜਾ ਕੇ ਉਥੇ ਖਾ ਪੀ ਕੇ ਵਾਪਸ ਮੁੜ ਆਉਂਦੇ ਹੋ ਜੇ ਆਪਦਾ ਘਰ ਦਾ ਨਾ ਕੰਮ ਕੀਤਾ ਅੱਗੇ ਭੁੱਖੇ ਕੀ ਖਾਓਗੇ ਤੇ ਇਹਨਾਂ ਦੱਸਣ ਲੱਗੇ ਸਮਝਾਉਣ ਲੱਗੇ ਉਹਦੇ ਨਿਕਟ ਨਾ ਪੇਖੇ ਪਰ ਗਹਿ ਜਾਏ ਦਰਬਹਾਰੇ ਮਿੱਠਿਆ ਕਰ ਖਾਏ ਇਸੇ ਤਰ੍ਹਾਂ ਤੁਸੀਂ ਜੇ ਦੂਸਿਆਂ ਦੇ ਵੰਗਾਰੇ ਕਰਦੇ ਰਹੇ ਤਾਂ ਆਪਦਾ ਖਰਚ ਕਰਦੇ ਰਹੇ ਤੇ ਸਿਰਫ ਵੰਗਾਰੇ ਨੂੰ ਖਾਣ ਵਾਸਤੇ ਪੇਟ ਭਰਨ ਵਾਸਤੇ ਰੋਟੀ ਦੇ ਦਿੰਦੇ ਨੇ ਨਾ ਉਹਨਾਂ ਵਾਸਤੇ ਪਾਣੀ ਦੇ ਦਿੰਦੇ ਨੇ ਕਪੜਾ ਪਹਿਨਣ ਵਾਸਤੇ ਦੇ ਦਿੰਦੇ ਨੇ ਉਹਨਾਂ ਗਾਰੇ ਨੂੰ ਇਸ ਤੋਂ ਬਾਅਦ ਕੋਈ ਨਹੀਂ ਦਿੰਦੇ ਇਸ ਕਰਕੇ ਜੇ ਤੁਸੀਂ ਸਾਰਾ ਦਿਨ ਵੰਗਾਰ ਹੀ ਕਰਦੇ ਰਹੇ ਤੁਸੀਂਾਂ ਦੇ ਤੇ ਘਰ ਦੇ ਨਾ ਕੰਮ ਕੀਤਾ ਤੇ ਅੱਗੇ ਭੁੱਖੇ ਕੀ ਖਾਓਗੇ ਹੁਣ ਵਕਤ ਉਹਨਾਂ ਦੇ ਹੁਣ ਵਕਤੇ ਨਾ ਉਹਨਾਂ ਨੂੰ ਵੇਚਿਓ ਅੱਗੇ ਭੁੱਖਾ ਕਿਆ ਖਾਏ ਉਹਨਾਂ ਦੇ ਜੇ ਐਸੇ ਵੰਗਾਰ ਹੀ ਕਰਦੇ ਰਹੋਗੇ ਤੁਸੀਂ ਬਹੁਤ ਹੀ ਭਰਮ ਵਿੱਚ ਪੈ ਗਏ ਹੋ ਕੂੜਾ ਜੁੜ ਗਏ ਹੋ ਆਪਾਂ ਭੁੱਲ ਗਏ ਹੋ ਕਿ ਵੰਗਾਰ ਜਿਹੜੇ ਸਾਰਾ ਦਿਨ ਦੂਸਰੇ ਕਰਦੇ ਹੋ ਪਵੰਦਨ ਵੀ ਆਂਦੇ ਕੰਮ ਆਪਦਾ ਕਰ ਰਹੇ ਆ। ਤੇ ਕੀ ਦੱਸ ਰਹੇ ਨੇ। ਨੇਤ ਦਿਨ ਸ ਰਾਤ ਲਾਲਚ ਕਰੇ, ਭਰਮੇ ਪਰਮਾਇਆ, ਵੰਗਾਰ ਫੇਰੇ ਵੰਗਾਰਿਆ, ਸਿਰ ਭਾਰ ਉਠਾਇਆ। ਜਦੋਂ ਸਾਰਾ ਦਿਨ ਤੁਹਾਥੋਂ ਕੰਮ ਕਰਾ ਲੈਂਦੇ ਨੇ, ਕਿਸੇ ਨੂੰ ਦੁਕਾਨ ਤੇ ਬਿਠਾਇਆ ਹੈ, ਕਿਸੇ ਨੂੰ ਨੌਕਰੀ ਲਾਇਆ, ਕਿਸੇ ਨੂੰ ਦਿਹਾੜੀ ਲਾਇਆ, ਕਿਸੇ ਨੂੰ ਕਿਸਾਨੀ ਕਰਾ ਰਹੇ ਨੇ। ਐਨਾ ਧੰਦਾ ਕਰਾਉਣ ਤੋਂ ਬਾਅਦ ਤੁਹਾਨੂੰ ਭਰਾਵਾਂ ਨੂੰ ਆਪਸੇ ਲੜਾ ਰਹੇ ਨੇ। ਨਾਲੇ ਵੰਗਾਰ ਦੂਜੇ ਕਰਦੇ ਹੋ, ਨਾਲੇ ਆਪਸੇ ਲੜਦੇ ਹੋ ਤੇ ਰਾਤ ਪੈਂਦੀ ਹੈ। ਸਾਰਾ ਧਨ ਇਕੱਠਾ ਕਰ ਲੈਂਦੇ ਨੇ ਆਪਦੇ ਇਸ ਘਰ ਦੀ ਸਫਾਈ ਕਰਾ ਲੈਂਦੇ ਆਂ ਤੇ ਆਪਦੇ ਘਰ ਨਿਕਲ ਜਾਓ ਤੁਸੀਂ ਰੋਜ਼ ਦਾ ਰੋਜ਼ ਧਨ ਉਹਨਾਂ ਕਮਾ ਕੇ ਦੇ ਕੇ ਖਾਲੀ ਕਰ ਮੋੜਾ ਆਉਂਦੇ ਹੋ ਕੋਈ ਵੀ ਚੀਜ਼ ਨਾਲ ਨਹੀਂ ਲਿਆਉਂਦੇ ਜੇ ਇਸੇ ਕਰਦੇ ਰਹਿ ਤੇ ਤੁਹਾਡਾ ਜੀਵਨ ਜਿਹੜਾ ਵਿਅਰਥ ਜਾ ਰਿਹਾ ਇਸ ਕਰਕੇ ਇਸ ਕਮਾਈ ਦੇ ਨਾਲ ਆਪਦੇ ਮਨ ਦੀ ਖਰਾਕ ਉਹ ਤੁਹਾਨੂੰ ਹੀ ਕਮਾਈ ਕਰੋ ਜਿਹੜਾ ਕਿ ਨਾਲ ਲੈ ਕੇ ਆ ਸਕੋ ਤੇ ਇਸ ਕਰਕੇ ਇਸ ਮਨ ਨੂੰ ਸਮਝਾਉਣ ਲੱਗੇ ਸਾਥ ਨਾ ਚਾਲੇ ਬਿਨ ਭਜਨ ਬਿਖਿਆ ਸਕਦੀ ਸ਼ਾਰ ਹਰ ਹਰ ਨਾਮ ਕਮਾਉਣਾ ਨਾਨਕ ਦੇ ਤਨਸਾਰ ਵੀ ਜਿਹੜੀ ਤੋਂ ਨਾਲ ਚੀਜ਼ ਲਜਾ ਸਕਣਾ ਉਹ ਨਹੀਂ ਕਮਾਈ ਕਰ ਆਪਦੇ ਘਰ ਜਿਸਨ ਬਗਾਨੇ ਕੰਮ ਕਰਨ ਲੱਗਿਆ ਉਦਮ ਕਰਨਾ ਇਸ ਆਪਦੇ ਘਰ ਦਾ ਵੀ ਕੰਮ ਕਰ ਤੇ ਉਦਮ ਕਰ ਕਹਿਣ ਲੱਗੇ ਵੀ ਸਾਨੂੰ ਆਪਦੇ ਘਰ ਕਿਵੇਂ ਕੰਮ ਲਾਇਆ ਜਾਏਗਾ ਉਹਦੇ ਗੁਰੂ ਦੀ ਸੇਵਾ ਕਰਕੇ ਗੁਰੂ ਦੇ ਰਾਹੀਂ ਘਰ ਆਉਗੇ ਮਾਲਕ ਤੁਹਾਨੂੰ ਘਰ ਦੇ ਕੰਮ ਲਾ ਲੇਗਾ ਤੇ ਕਿ ਮਹਾਰਾਜ ਦੱਸੈ ਨੇ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੇ ਕੰਮ ਹਰ ਲਾਇਆ ਜਦੋਂ ਅਸੀਂ ਗੁਰੂ ਦੇ ਰਾਹੀਂ ਆਪਦੇ ਘਰ ਚਲੇ ਜਾਂਦੇ ਹਾਂ ਉਹ ਫਿਰ ਪ੍ਰਮਾਤਮਾ ਉਹ ਹਰੇ ਉਹ ਵਹਿਰੂ ਸਾਨੂੰ ਫਿਰ ਆਪਦੇ ਘਰ ਦੇ ਕੰਮ ਲਾਉਂਦਾ ਤੇ ਘਰ ਦਾ ਕੰਮ ਕੀ ਸਿਮਨ ਭਗਤੀ ਕਰਨਾ ਉਹਨਾਂ ਨੇ ਹੁਣ ਤੁਸੀਂ ਉਦਮ ਇਹਦੇ ਵਾਸਤੇ ਕਰੋ ਆਪਦੀ ਕਮਾਈ ਕਰੋ ਇਹ ਲਾਹਾ ਘਟੋ ਉਹਨਾਂ ਉਦਮ ਕਰ ਹਰ ਜ ਆਪਣਾ ਉੱਡ ਭਾਗੇ ਤਨਖਾਟ ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੇ ਘਟ ਮੇਰੇ ਮਨ ਆਰਾਮ ਨਾਮ ਜਪ ਜਪ ਇਹ ਤੇ ਉਦਮ ਕਰ ਆਪਦਾ ਤਨ ਖਾਟ ਇਹਦੇ ਬਦਲੇ ਤੈਨੂੰ ਇਹ ਤਨ ਮਿਲੇਗਾ ਨਾਮ ਰਤਨ ਹੁਣ ਜਦੋਂ ਇਹ ਪਰਿਵਾਰ ਸਾਰਾ ਦਿਨ ਸਿਮਰਨ ਕਰਦਾ ਹੋਇਆ ਕਰਮ ਕਰਦਾ ਹੋਇਆ ਆਪਦੇ ਘਰ ਜਾਂਦਾ ਇਸ ਪਰਿਵਾਰ ਨੂੰ ਫਿਰੰਦ ਨੇ ਉਸ ਗੁਰਮਖ ਨੂੰ ਜਿਹੜਾ ਕਰਮ ਵੀ ਕਰਦਾ ਹੈ ਕਰਮ ਕਰਕੇ ਸੰਸਾਰ ਦਾ ਤਨ ਵੀ ਖਾੜਦਾ ਹੈ ਨਾਮ ਤਾਂ ਨਵੇਂ ਖੜਦਾ ਉਹਨਾਂ ਦੇ ਨੇ ਭਾਗਾ ਵਾਲਾ ਇਹਦਾ ਕਰਮ ਕੀਤਾ ਵੀ ਸਫਲ ਹੈ ਜਿਹਨੂੰ ਗੁਰਬਾਨੀ ਜਾਂਦ ਨੇ ਭਾਗ ਠੜੇ ਹਰ ਸੰਤ ਤੇ ਮਾਰੇ ਜਨ ਕਰ ਧਨ ਹਰ ਨਾਮਾ ਪ੍ਰਵਾਨ ਗਣੇ ਸਹੀ ਆਏ ਸਫਲਤਨਾ ਕੇ ਕਾਮ ਵੀ ਉਹ ਉਹਨਾਂ ਦਾ ਸਫਲ ਕੰਮ ਹੈ ਉਹਨਾਂ ਦੇ ਸ਼ਰਮ ਤੇ ਧਰਮ ਦੋਵੇਂ ਕਾਇਮ ਨੇ ਜੇ ਇਹ ਦੋਵੇਂ ਤੁਹਾਨੂੰ ਪੱਲੇ ਹੋਣਗੇ ਤਾਂ ਮਹਾਰਾਜਾਂ ਨੇ ਸ਼ਰਮ ਧਰਮ ਦੋ ਨਾਨਕਾ ਜੇ ਤੁਹਾਨੂੰ ਪੱਲੇ ਪਾਏ ਇਸ ਕਰਕੇ ਉਹਨਾਂ ਨੇ ਸੰਸਾਰ ਦਾ ਕਰਮ ਆ ਵੀ ਕਰੋ ਔਰ ਨਾਲ ਆਪਦੇ ਮਨ ਦੀ ਖਰਾਬੀ ਲੋ ਜਿਹੜੇ ਗੁਰਮੁਖ ਆਪਦਾ ਧੰਨ ਕਮਾ ਕੇ ਘਰ ਗਏ ਉਹਨਾਂ ਨੂੰ ਨਾਮ ਰਤਨ ਮਿਲਦਾ ਹੈ ਉਹਨਾਂ ਨੂੰ ਖਰਾਗ ਮਿਲਦੀ ਉਹ ਖੁਸ਼ੀ ਹੋ ਕੇ ਫਿਰ ਕੀ ਦੱਸਣ ਨੇ ਜਦੋਂ ਅਸੀਂ ਘਰ ਜਾਂਦੇ ਆ ਸਾਡਾ ਪਿਤਾ ਸਾਨੂੰ ਨਾਲ ਖਰਚ ਦਿੰਦਾ ਨਾਲ ਕਪੜਾ ਦਿੰਦਾ ਨਾਲ ਖਾਣ ਲਿਖ ਦਿੰਦਾ ਤੇ ਅਸੀਂ ਉਹਦਾ ਵਪਾਰ ਵੀ ਕਰਨੇ ਆ ਸੁਖੀ ਤੇ ਲਿਖ ਕੇ ਨਾਲ ਪੇਸ਼ ਕਰ ਦਿੰਨੇ ਆ ਭਾ ਕੋਈ ਕਮਾਇਆ ਤੇ ਜਮਾਂ ਦੇ ਸਾਥੋਂ ਕਾਨ ਜਿਹੜੇ ਪਾਸੇ ਆ ਉਹ ਸਾਨ ਨਹੀਂ ਸਾਡੇ ਤੇ ਕੋਈ ਹੁੰਦਾ ਇਸ ਕਰਕੇ ਮਾਰਿਆ ਗੁਰਬਾਨੇ ਚ ਆਪਨ ਦਾਸੈ ਨੇ ਪਏ ਗੁਰਮਖ ਜਦੋਂ ਘਰ ਚਲੇ ਜਾਂਦੇ ਨੇ ਕੀ ਅਵਸਥਾ ਹੈ ਉਹਦੇ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਈਏ ਹਮ ਕੋ ਤ੍ਰਿਪਤ ਭਈ ਹਰ ਨਾਮ ਹਮਾਰਾ ਪਹਿਨਨ ਜਿਤ ਫਿਰ ਨੰਗੇ ਨਾ ਹੋਵੋ ਪਹਿਨਨ ਕੀ ਹਮਰੀ ਸਦ ਗਈ ਹਰ ਨਾਮ ਹਮਾਰਾ ਵੰਡ ਹਰ ਨਾਮ ਵਪਾਰ ਹਰ ਨਾਮ ਮੇ ਕੀ ਹਮ ਕੋ ਸਤਗੁਰਕਾਰ ਕੋ ਨਿ ਦੇ ਹਰ ਨਾਮ ਮੇ ਕ ਹਮ ਲੇਖ ਲਹਿ ਸਜਮ ਕੀ ਅਗਲੀ ਕਾਨਗੇ ਸੋ ਇਸੇ ਤਰ੍ਹਾਂ ਇਹ ਜਿਹੜਾ ਪਰਿਵਾਰ ਹੈ ਇੱਕ ਖਿਡਾਰੀਆਂ ਤੇਰਾ ਇਕੱਠਾ ਤਾਲਮਿਲ ਰੱਖਦਾ ਆਪਸ ਵਿੱਚ ਤੇ ਇਸ ਤਰੀਕੇ ਨਾਲ ਸਿਮਨ ਕਰਦੇ ਆ ਆ ਉੱਠਾ ਤੇ ਬੈਠਾ ਸੋਹ ਜਾਏ ਇਹ ਇਹਨਾਂ ਦੇ ਨਾਲ ਹਰ ਵਕਤ ਸਾਧਨ ਰਹਿੰਦਾ ਹੈ ਇਹ ਆਪਦੇ ਐਕਸਰਸਾਈਜ਼ ਦਿਖਾਉਂਦੇ ਨੇ ਤੇ ਇਹ ਜਿਹੜੇ ਕਾਮ ਕੋ ਲੋਭ ਹੰਕਾਰ ਨੇ ਇਹ ਇਹਨਾਂ ਦੇ ਐਕਸਰਸਾਈਜ਼ ਦੇਖਦੇ ਨੇ ਜਦੋਂ ਇਹ ਹਾਰ ਜਾਂਦੇ ਨੇ ਇਸ ਤਰੀਕੇ ਨਾਲ ਮਹਾਰਾਜਾਂ ਦਾ ਜਿਹੜਾ ਵੀ ਜੀਵ ਹਾਰਦਾ ਹੈ ਉਹਨੂੰ ਮੋਸ਼ਿਦਾ ਉਹ ਦੇਖਣਾ ਪੈਂਦਾ ਹੈ ਉਹ ਕਿਵੇਂ ਅਗਿਆਨਤਾ ਵਿੱਚ ਰੋਂਦਾ ਫਿਰ ਜਦੋਂ ਇਹ ਜੀਵ ਹਾਰ ਜਾਂਦੇ ਸੀ ਮਨਮੁਖ ਇਹ ਰੋਂਦੇ ਹੁਣ ਜਦੋਂ ਗੁਰਮਖਾਨੇ ਉਹਨਾਂ ਨੂੰ ਜਿੱਤ ਲਿਆ ਤੇ ਉਹ ਰੋਣ ਲੱਗ ਗਏ ਤੇ ਕਿਵੇਂ ਰੋਂਦੇ ਨੇ ਕੁਰਬਾਨੀ ਦੱਸਣੇ ਪੰਚੇ ਰੋਣੇ ਦੁੱਖ ਭਰੇ ਮਿੰਟ ਸੇ ਦੁਜੇ ਪਾਏ ਵੀ ਅਸੀਂ ਤਾਂ ਇਹ ਫੋਟੋ ਤੇ ਦੁਆਇਤ ਪਾ ਕੇ ਖੇੜ ਜਿੱਤਨਾ ਸੀ ਇਹ ਸਾਡੇ ਦੁਬਧਾ ਤੋਂ ਕਿਵੇਂ ਪਾਸੇ ਨਿਕਲ ਗਏ ਇਹ ਬੈਠ ਕੇ ਰੋਣ ਲੱਗ ਜਾਂਦੇ ਨੇ ਪਛਤਾਉਣ ਲੱਗ ਜਾਂਦੇ ਨੇ ਇਸ ਕਰਕੇ ਆਪਾਂ ਨੂੰ ਦੱਸਣਾ ਹੈ ਕਿ ਇਹ ਕਿੱਥੋਂ ਤੱਕ ਤੁਹਾਡਾ ਪਿੱਛਾ ਕਰਨਗੇ ਇਹਨਾਂ ਨੂੰ ਰੋਂਦਿਆਂ ਦੇਖ ਕੇ ਵਾਪਸ ਨਹੀਂ ਆਉਣਾ ਜਦੋਂ ਅਸੀਂ ਉਨਮਨ ਹੋਏ ਚਲੇ ਜਾਂਦੇ ਆਂ ਉਦੋਂ ਦੇਵ ਲੋਕ ਤਾਂ ਕਿ ਪਿੱਛਾ ਕਰਦੇ ਨੇ ਸਾਡਾ ਇਹ ਦੇਵ ਲੋਕ ਤਾਂ ਜਦੋਂ ਅਸੀਂ ਇਥੋਂ ਉੱਪਰ ਟੱਪ ਜਾਂਦੇ ਆਂ ਇੱਥੋਂ ਤੱਕ ਆਪਣਾ ਪਿੱਛਾ ਕਰਦੇ ਨੇ